70% औरतां अपने बंदियां दे नाल इदां वीडियो बनवाउंदियां है ते इदां दी शब्दावली यूज करदे आ। आईटी फील्ड नूं नंगा कीता जा रहा, राजस्थान दी कुड़ियां इदां दियां काम करदे आ। सर मैं कहनी हां सहज अरोड़ा उपर नाल सहज अरोड़ा दी मां कह रही है 70% औरत इदां ही वीडियो बनवाउंदियां अपने पति दे। ठीक है, उहनां दी मम्मी ने कही, सुनो तुसीं उहनां दी। अच्छा जी, हां जी सर, ठीक है ना। और मेनू ये लोग थाना थाना कितों भी फड़ के खिंचदे आ, कितों कितों करदे आ। सर उहदे नाल फर्क नहीं पैणा, इहनां नूं पता है, इन्हों नूं चंगी तरह पता है सहज अरोड़ा दे उपर कारवाई बनती है। ठीक है, इन्हों नूं पता गुरप्रीत कौर दे उपर कारवाई बनती है, इन्हों नूं पता है अंकु निरूला जिहड़ा इदां दियां नूं सपोर्ट करदा ना, विकी थॉमस ये लोग सपोर्ट करदे आ। ठीक है ना, नाम बदनाम कर एमी विर्क, ये लोग इदां दियां हुण 70% औरत तो जब तक ये माफी नहीं मंगणगे, 70% औरतां तो महिला तो इन्हां नूं माफी मंगनी पैणी आ। मेरे तो ना मंगण, क्योंकि मैं तो गंदी औरत है, इन्हां को रिकॉर्ड है, अज तक मिलिया नहीं, चलान नहीं आया मेरा, इन्हां को रिकॉर्ड नहीं है, मेरे गंदे पने का रिकॉर्ड नहीं आ। 70% औरत, मेरी कोई वीडियो कर दो, मेरी वीडियो कर दो। पहले भी कितने तने ला चुके है ना, प्रशासन क्यों नहीं वजह की है, पावर पैसा पॉलिटिक्स, इधर मत आम बंदे की सुनाई नहीं है, कोई सुनवाई नहीं। जिस दिन मर जूंगी ना वीर, तेरी ये पैन ना सारी दुनिया चेते रखूगी। इन अंकुर निरूला को एक प्रूफ नहीं है, लोग कहते अंकुर निरूला दी दिया, ਜਿਹੜਾ ਪਿੱਟਦਾ ਹੁੰਦਾ ਨਾ ਉਹਦੇ ਨਾਲ ਕੁਝ ਕੀਤਾ ਹੀ ਹੁੰਦਾ ਹੈ। ਮੇਰੇ ਉੱਪਰ ਦੋ ਨਜਾਇਜ਼ ਬੱਚੇ ਅੱਜ ਜਿਹੜਾ ਧਰਨਾ ਲਾਉਣ ਦਾ ਕਾਰਨ ਸੀਗਾ ਸਹਿਜ ਅਰੋੜਾ ਦੇ ਉੱਤੇ ਪਰਚਾ ਕਰਾਉਣਾ। ਬਿਲਕੁਲ, ਸਹਿਜ ਅਰੋੜਾ ਤੇ ਗੁਰਪ੍ਰੀਤ ਕੌਰ ਉੱਪਰ ਮੈਨੂੰ ਪਰਚਾ ਚਾਹੀਦਾ। ਹਾਂਜੀ, ਮੈਨੂੰ ਪਰਚਾ ਚਾਹੀਦਾ। 70% ਔਰਤ ਨੂੰ ਬਦਨਾਮ ਕੀਤਾ ਇਹਨਾਂ ਨੇ। 70% ਔਰਤਾਂ ਕਹਿੰਦੇ ਆਦਮੀ ਦੇ ਨਾਲ ਇੱਦਾਂ ਹੀ ਵੀਡੀਓ ਬਣਵਾਉਂਦੀਆਂ। ਠੀਕ ਹੈ, ਇੱਦਾਂ ਹੀ ਬਣਵਾਉਂਦੀਆਂ। ਔਰ ਸ਼ਬਦਾਵਲੀ ਤੇ ਤਾਂ ਕਹਿਣੀ ਸੀ ਕੁੜੀ ਦੇ ਪਰਚਾ ਕਰਕੇ ਨਾ ਅੰਦਰ ਭੇਜਿਆ, ਉਹਦਾ ਕੀ ਦੇ ਦੋ। ਮੇਰਾ ਉਹਨਾਂ ਨਾਲ ਕੋਈ ਲਿੰਕ ਨਹੀਂ, ਜੇ ਕੱਢ ਦੇਣ ਤਾਂ ਪਤਾ ਨਹੀਂ। ਠੀਕ ਹੈ ਨਾ, ਇਹਨੇ ਕੁਝ ਵੀ ਕਰ ਸਕਦੇ, ਇਹ ਕੁਝ ਵੀ ਕਰ ਸਕਦੇ, ਇਹਨਾਂ ਕੋਲ ਮੇਰਾ ਕੋਈ ਪ੍ਰੂਫ ਨਹੀਂ ਹੈ। ਡੇਢ ਸਾਲ ਪਹਿਲਾਂ ਇਹਨਾਂ ਨੇ ਮੈਨੂੰ ਜੇਲ੍ਹ ਕਰਾਈ ਸੀ, ਇਹਨਾਂ ਕੋਲ ਕੋਈ ਪ੍ਰੂਫ ਨਹੀਂ ਹੈ। ਉਦੋਂ ਵੀ ਧੱਕੇ ਮਾਰ ਕੇ ਨਹੀਂ ਲੈ ਗਿਆ, ਆਇਆ ਗਿਆ ਥਾਣੇ, ਅੱਜ ਕਿਉਂ ਨਹੀਂ ਧੱਕਾ ਮਾਰਿਆ? ਅੱਜ ਮਾਰ ਕੇ ਦੇਖਦੇ ਤਾਂ ਅੱਜ ਮੈਂ ਇਹਨਾਂ ਦੀ ਮਾਂ ਭੈਣਾਂ ਇੱਕ ਕਰ ਦੇਣੀਆਂ ਸੀ, ਅੱਜ ਕਿਉਂ ਨਹੀਂ ਆਇਆ? ਅੱਜ ਇਹਨਾਂ ਦੀ ਇੱਕ ਕਰਨੀ ਸੀ। ਚਲੋ, 4 ਦਿਨ ਦਾ ਟਾਈਮ, ਉਸ ਤੋਂ ਬਾਅਦ ਦੇਖੋਗੇ। 4 ਦਿਨ ਦਾ ਟਾਈਮ, ਉਹ ਤਾਂ ਦੱਸਦੀ ਸੋ ਦੱਸਦੀ ਕੀ ਥਾਣਾ 4 ਤੇ ਬਾਅਦ ਜਿਹੜੇ ਕੀ ਅਮੀਤ ਕੌਰ ਜਿਹੜੇ ਆਏ ਸੀ ਧਰਨਾ ਲਗਾਇਆ ਸੀ, ਇਹਨਾਂ ਦਾ ਧਰਨਾ ਲਾਉਣ ਦਾ ਮੁੱਖ ਕਾਰਨ ਸੀਗਾ ਉਹ ਕੀ ਸਹਿਜ ਅਰੋੜਾ ਤੇ ਗੁਰਪ੍ਰੀਤ ਦੇ ਉੱਪਰ ਜਿਹੜਾ ਕਿ FIR ਦਰਜ ਕਰਨ ਵਾਸਤੇ ਇਹਨਾਂ ਨੇ ਧਰਨਾ ਲਗਾਇਆ, ਤੇ ਅੱਜ ਜਿਹੜਾ ਇਹਨਾਂ ਨੂੰ ਆਸ਼ਵਾਸਨ ਮਿਲ ਗਿਆ, ਜਿਹੜਾ ਕਿ ਐਡੀਸ਼ਨਲ SHO ਸਾਹਿਬ ਨੇ ਜਿਹੜਾ ਇਹਨਾਂ ਨੂੰ ਜਿਹੜਾ ਕਿ ਆਸ਼ਵਾਸਨ ਦਿੱਤਾ ਕਿ 2 ਜਾਂ 4 ਦਿਨ ਤੱਕ ਹੋ ਕੇ ਜਿਹੜਾ ਕਿ ਜਿਹੜੀ ਕਾਰਵਾਈ ਜਿਹੜੀ ਕੀਤੀ ਜਾਏਗੀ। ਇਹਨਾਂ ਨੇ ਮੈਨੂੰ ਕਿਹਾ ਸੀਗਾ, ਠੀਕ ਹੈ, ਧਰਨਾ ਨਹੀਂ ਲਾਉਣਾ। ਮੈਂ ਕਿਹਾ ਨਹੀਂ ਲੱਗਣਗੇ ਧਰਨੇ, ਠੀਕ ਹੈ ਨਾ। ਫਿਰ ਫੋਨ 'ਚ ਰਿਕਾਰਡਿੰਗ ਸੁਣੋ, ਉਹ 'ਚ ਮੈਂ ਸਾਫ਼ ਇਹਨਾਂ ਨੂੰ ਕਿਹਾ, ਸਰ ਇੱਦਾਂ ਹੀ ਧਰਨੇ ਲੱਗਣਗੇ ਜੇ ਮਜਬੂਰ ਨਾ ਕਰੋ। ਤੁਸੀਂ ਲਿੰਕ ਲਿਖਿਆ ਵਿੱਚ ਕਿ ਮੇਰਾ ਕੋਈ ਕੁੱਲੜ ਵੀ ਇਹਨਾਂ ਲਿੰਕ ਨਹੀਂ ਹੈਗਾ? ਮੈਂ ਇਦਾਂ ਦਾ ਤਾਂ ਕੁਝ ਲਿੰਕ ਦੇ ਬਾਰੇ ਨਹੀਂ ਲਿਖਿਆ। ਸੈਨ ਹੋਇਆ ਤੁਹਾਡੇ ਨੰਬਰ ਪਿਆ ਤੁਹਾਡਾ? ਸਰ ਮੈਂ ਲਿੰਕ ਦੇ ਬਾਰੇ ਨਹੀਂ, ਕੁੱਲੜ ਪੀਜ਼ਾ ਵਾਲੇ ਦੇ ਨਾਲ ਮੇਰਾ ਕੋਈ, ਮੈਂ ਕਿਸੇ ਤੋਂ ਪੈਸੇ ਨਹੀਂ ਖਾਦੇ, ਮੇਰਾ ਇਹ ਲਿੰਕ ਆ, ਮੈਂ ਕਿਸੇ ਤੋਂ ਪੈਸੇ ਨਹੀਂ ਖਾਦੇ। ਐਡੀਸ਼ਨਲ ਆ ਸਰ, ਖੁਦ ਮੌਕੇ ਚੱਲ ਕੇ। ਹਾਂਜੀ ਸਰ, ਦੱਸੋ ਹੋਊਗੀ ਕਾਰਵਾਈ ਮੇਰੀ, ਸੁਣਾਈ ਜਾਊਗੀ? ਸਾਰੇ ਚੈਨਲਾਂ ਨੂੰ ਦੱਸ ਚੁੱਕਾ, ਤੁਹਾਨੂੰ ਦੱਸ ਚੁੱਕਾ। ਨਹੀਂ ਮੈਨੂੰ ਨਹੀਂ ਦੱਸਿਆ ਸਰ, ਆ ਕੇ ਦੱਸ ਲਿਆ ਸਰ, ਮੈਨੂੰ ਨਹੀਂ ਪਤਾ ਸਰ। ਅੰਦਰ ਦੱਸਿਆ ਸੀ ਸਰ, ਨਹੀਂ ਦੱਸਿਆ ਸੀ ਸਰ। ਜਿੱਥੇ ਤੁਸੀਂ ਬੈਠ ਕੇ ਉੱਠ ਖਲੋਤੇ ਸੀ ਸਰ, ਨਹੀਂ ਸੁਣੀ ਸਰ। ਹੁਣ ਸੁਣ ਲਓ, ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜੋ ਵੀ ਉਹਦੀ ਰਿਪੋਰਟ ਆਏਗੀ ਉਹਦੇ ਮੁਤਾਬਕ। ਕਿੰਨੇ ਦਿਨ ਦਾ ਟਾਈਮ? 2-4 ਦਿਨ ਲੱਗ ਸਕਦੇ ਸਰ। 4 ਦਿਨ ਤੋਂ ਬਾਅਦ ਬੈਠਾ ਇੱਥੇ, ਕਨਫਰਮ ਨਹੀਂ, ਵੱਧ ਵੀ ਲੱਗ ਸਕਦਾ। ਆਰਾਮ ਨਾਲ ਗੱਲ ਕਰੋ, ਕੋਈ ਨਹੀਂ। ਨਾਮ ਗੁੱਸੇ ਜਾਂ ਮੈਨੂੰ ਪ੍ਰੈਸ਼ਰ, ਗੁੱਸੇ 'ਚ ਕਿਉਂ ਜੀ? ਕਿਹੜੀ ਗੱਲ ਤੋਂ ਗੁੱਸੇ 'ਚ ਜੀ? ਸਰ ਗੁੱਸਾ ਆਉਂਦਾ ਹੈ ਸਰ ਜਦੋਂ ਤੁਹਾਡੀਆਂ ਧੀਆਂ ਭੈਣਾਂ ਇੱਦਾਂ ਕਰਨਗੇ ਨਾ। ਠੀਕ ਹੈ ਸਰ, 4 ਦਿਨ ਬਾਅਦ ਮਿਲੂੰਗੀ। शब्दावली यूज करते, आईटी फील्ड नूं नंगा कीता जा रहा, राजस्थान दी कुड़ियां इदां दियां काम करदे आ। सर मैं कहनी हां सहज अरोड़ा उपर नाल सहज अरोड़ा दी मां कह रही है 70% औरत इदां ही वीडियो बनवाउंदी अपने पति दे। ठीक है, उहनां दी मम्मी ने कही, सुनो तुसीं उहनां दी। अच्छा जी, हां जी सर, ठीक है ना। और मेनू ये लोग थाना थाना कितों भी फड़ के खिंचदे आ, ਕਿਤੋਂ ਕਿਤੋਂ ਕਰਦੇ ਆ। ਸਰ ਉਹਦੇ ਨਾਲ ਫਰਕ ਨਹੀਂ ਪੈਣਾ, ਇਹਨਾਂ ਨੂੰ ਪਤਾ ਹੈ, ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਸਹਿਜ ਅਰੋੜਾ ਦੇ ਉੱਪਰ ਕਾਰਵਾਈ ਬਣਦੀ ਆ। ਠੀਕ ਹੈ, ਇਹਨਾਂ ਨੂੰ ਪਤਾ ਗੁਰਪ੍ਰੀਤ ਕੌਰ ਦੇ ਉੱਪਰ ਕਾਰਵਾਈ ਬਣਦੀ ਆ, ਇਹਨਾਂ ਨੂੰ ਪਤਾ ਹੈ ਅੰਕੁਰ ਨਿਰੂਲਾ ਜਿਹੜਾ ਇਦਾਂ ਦਿਆਂ ਨੂੰ ਸਪੋਰਟ ਕਰਦਾ ਨਾ, ਵਿਕੀ ਥੋਮਸ, ਇਹ ਲੋਕ ਸਪੋਰਟ ਕਰਦੇ ਆ। ਠੀਕ ਹੈ ਨਾ, ਨਾਮ ਬਦਨਾਮ ਕਰ ਐਮੀ ਵਿਰਕ, ਇਹ ਲੋਕ ਇਦਾਂ ਦੀਆਂ ਹੁਣ 70% ਔਰਤ ਤੋਂ ਜਦ ਤੱਕ ਇਹ ਮਾਫੀ ਨਹੀਂ ਮੰਗਣਗੇ, 70% ਔਰਤਾਂ ਤੋਂ ਮਹਿਲਾ ਤੋਂ ਇਹਨਾਂ ਨੂੰ ਮਾਫੀ ਮੰਗਣੀ ਪੈਣੀ ਆ। ਮੇਰੇ ਤੋਂ ਨਾ ਮੰਗਣ, ਕਿਉਂਕਿ ਮੈਂ ਤਾਂ ਗੰਦੀ ਔਰਤ ਹੈ, ਇਹਨਾਂ ਕੋਲ ਰਿਕਾਰਡ ਹੈ, ਅੱਜ ਤੱਕ ਮਿਲਿਆ ਨਹੀਂ, ਚਲਾਨ ਨਹੀਂ ਆਇਆ ਮੇਰਾ, ਇਹਨਾਂ ਕੋਲ ਰਿਕਾਰਡ ਨਹੀਂ ਹੈ, ਮੇਰੇ ਗੰਦੇ ਪਨੇ ਦਾ ਰਿਕਾਰਡ ਨਹੀਂ ਆ। 70% ਔਰਤ, ਮੇਰੀ ਕੋਈ ਵੀਡੀਓ ਕੱਢ ਦੋ, ਮੇਰੀ ਵੀਡੀਓ ਕੱਢ ਦੋ। ਪਹਿਲਾਂ ਵੀ ਕਿੰਨੇ ਤਨੇ ਲਾ ਚੁੱਕੇ ਹਨਾ, ਪ੍ਰਸ਼ਾਸਨ ਕਿਉਂ ਨਹੀਂ, ਵਜ੍ਹਾ ਕੀ ਹੈ? ਪਾਵਰ ਪੈਸਾ ਪੋਲਿਟਿਕਸ, ਇਧਰ ਮਤ ਆਮ ਬੰਦੇ ਦੀ ਸੁਣਾਈ ਨਹੀਂ, ਕੋਈ ਸੁਣਵਾਈ ਨਹੀਂ। ਜਿਸ ਦਿਨ ਮਰ ਜੂੰਗੀ ਨਾ ਵੀਰ, ਤੇਰੀ ਇਹ ਭੈਣ ਨਾ ਸਾਰੀ ਦੁਨੀਆ ਚੇਤੇ ਰੱਖੂਗੀ। ਇਹ ਅੰਕੁਰ ਨਿਰੂਲਾ ਕੋਲ ਇੱਕ ਪ੍ਰੂਫ ਨਹੀਂ ਹੈ, ਲੋਕੀ ਕਹਿੰਦੇ ਅੰਕੁਰ ਨਿਰੂਲਾ ਦੀ ਇਹਦੀ ਇਹਦੀ ਆ,
ਜਿਹੜਾ ਪਿੱਟਦਾ ਹੁੰਦਾ ਨਾ ਉਹਦੇ ਨਾਲ ਕੁਝ ਕੀਤਾ ਹੀ ਹੁੰਦਾ ਹੈ ਮੇਰੇ ਉੱਪਰ ਦੋ ਨਜਾਇਜ਼ ਬੱਚੇ ਅੱਜ ਜਿਹੜਾ ਧਰਨਾ ਲਾਉਣ ਦਾ ਕਾਰਨ ਸੀਗਾ ਸਹਿਜ ਅਰੋੜਾ ਦੇ ਉੱਤੇ ਪਰਚਾ ਕਰਾਉਣਾ ਬਿਲਕੁਲ ਸਹਿਜ ਅਰੋੜਾ ਤੇ ਗੁਰਪ੍ਰੀਤ ਕੌਰ ਉੱਪਰ ਮੈਨੂੰ ਪਰਚਾ ਚਾਹੀਦਾ ਹਾਂਜੀ ਮੈਨੂੰ ਪਰਚਾ ਚਾਹੀਦਾ 70% ਔਰਤ ਨੂੰ ਬਦਨਾਮ ਕੀਤਾ ਇਹਨਾਂ ਨੇ 70% ਔਰਤਾਂ ਕਹਿੰਦੇ ਆਦਮੀ ਦੇ ਨਾਲ ਇੱਦਾਂ ਹੀ ਵੀਡੀਓ ਬਣਵਾਉਂਦੀਆਂ ਠੀਕ ਹੈ ਇੱਦਾਂ ਹੀ ਬਣਵਾਉਂਦੀਆਂ ਔਰ ਸ਼ਬਦਾਵਲੀ ਤੇ ਤਾਂ ਕਹਿਣ ਇਸਲੇ ਕੁੜੀ ਦੇ ਪਰਚਾ ਕਰਕੇ ਨਾ ਅੰਦਰ ਭੇਜਿਆ ਉਹਦਾ ਕੀ ਤੇ ਦੇ ਮੇਰਾ ਉਹਨਾਂ ਨਾਲ ਕੋਈ ਲਿੰਕ ਨਹੀਂ ਜੇ ਕੱਢ ਦੇਣ ਤਾਂ ਪਤਾ ਨਹੀਂ ਠੀਕ ਹੈ ਨਾ ਇਹਨੇ ਕੁਝ ਵੀ ਕਰ ਸਕਦੇ ਇਹ ਕੁਝ ਵੀ ਕਰ ਸਕਦੇ ਇਹਨਾਂ ਕੋ ਮੇਰਾ ਕੋਈ ਪ੍ਰੂਫ ਨਹੀਂ ਹੈ ਡੇਢ ਸਾਲ ਪਹਿਲਾਂ ਇਹਨਾਂ ਨੇ ਮੈਨੂੰ ਜੇਲ੍ਹ ਕਰਾਈ ਸੀ ਇਹਨਾਂ ਕੋਈ ਪ੍ਰੂਫ ਨਹੀਂ ਹੈ ਉਦੋਂ ਵੀ ਧੱਕੇ ਮਾਰ ਕੇ ਨਹੀਂ ਲੈ ਗਿਆ ਆਇਆ ਗਿਆ ਥਾਣੇ ਅੱਜ ਕਿਉਂ ਨਹੀਂ ਧੱਕਾ ਮਾਰਿਆ ਅੱਜ ਮਾਰ ਕੇ ਦੇਖਦੇ ਤਾਂ ਅੱਜ ਮੈਂ ਇਹਨਾਂ ਦੀ ਮਾਂ ਭੈਣਾ ਇੱਕ ਕਰ ਦੇਣੀ ਸੀ ਅੱਜ ਕਿਉਂ ਨਹੀਂ ਆਇਆ ਅੱਜ ਇਹਨਾਂ ਦੀ ਇੱਕ ਕਰਨੀ ਸੀ ਚਲੋ 4 ਦਿਨ ਦਾ ਟਾਈਮ ਉਸ ਤੋਂ ਬਾਅਦ ਦੇਖੋਗੇ 4 ਦਿਨ ਦਾ ਟਾਈਮ ਹੋਰ ਤਾਂ ਦੀ ਸੋ ਦੱਸਦੀ ਹੈ ਕੀ ਥਾਣਾ 4 ਤੇ ਬਾਹਰ ਜਿਹੜਾ ਕੀ ਅਮੀਤ ਕੌਰ ਜਿਹੜੇ ਅਸੀਂ ਧਰਨਾ ਲਗਾਇਆ ਸੀ ਇਹਨਾਂ ਦਾ ਧਰਨਾ ਲਾਉਣ ਦਾ ਮੁੱਖ ਕਾਰਨ ਸੀਗਾ ਉਹ ਕੀ ਸਹਿਜ ਅਰੋੜਾ ਤੇ ਗੁਰਪ੍ਰੀਤ ਦੇ ਉੱਪਰ ਜਿਹੜਾ ਕਿ FIR ਦਰਜ ਕਰਨ ਵਾਸਤੇ ਇਹਨਾਂ ਨੇ ਧਰਨਾ ਲਗਾਇਆ ਤੇ ਅੱਜ ਜਿਹੜਾ ਇਹਨਾਂ ਨੂੰ ਆਸ਼ਵਾਸਨ ਮਿਲ ਗਿਆ ਜਿਹੜਾ ਕਿ ਐਡੀਸ਼ਨਲ SHO ਸਾਹਿਬ ਨੇ ਜਿਹੜਾ ਕਿ ਇਹਨਾਂ ਨੂੰ ਜਿਹੜਾ ਕਿ ਆਸ਼ਵਾਸਨ ਦਿੱਤਾ ਕਿ 2-4 ਦਿਨ ਤੱਕ ਹੋ ਕੇ ਜਿਹੜਾ ਕਿ ਜਿਹੜੀ ਕਾਰਵਾਈ ਜਿਹੜੀ ਕੀਤੀ ਜਾਏਗੀ ਇਹਨਾਂ ਨੇ ਮੈਨੂੰ ਕਿਹਾ ਸੀਗਾ ਠੀਕ ਹੈ ਧਰਨਾ ਨਹੀਂ ਲਾਉਣਾ ਮੈਂ ਕਿਹਾ ਨਹੀਂ ਲੱਗਣਗੇ ਧਰਨੇ ਠੀਕ ਹੈ ਨਾ ਫਿਰ ਫੋਨ 'ਚ ਰਿਕਾਰਡਿੰਗ ਸੁਣਾਓ ਉੱਚੇ ਮੈਂ ਸਾਫ਼ ਇਹਨਾਂ ਨੂੰ ਕਿਹਾ ਸਰ ਇੱਦਾਂ ਹੀ ਧਰਨੇ ਲੱਗਣਗੇ ਜੇ ਮਜਬੂਰ ਨਾ ਕਰੋ ਤੁਸੀਂ ਲਿੰਕ ਲਿਖਿਆ ਵਿੱਚ ਕਿ ਮੇਰਾ ਕੋਈ ਕੁੱਲੜ ਵੀ ਇਹਨਾਂ ਲਿੰਕ ਨਹੀਂ ਹੈਗਾ ਮੈਂ ਇਦਾਂ ਦਾ ਤਾਂ ਕੁਝ ਲਿੰਕ ਦੇ ਬਾਰੇ ਨਹੀਂ ਲਿਖਿਆ ਸੈਨ ਹੋਇਆ ਤੁਹਾਡੇ ਜੀ ਨੰਬਰ ਪਿਆ ਤੁਹਾਡਾ ਸਰ ਮੈਂ ਲਿੰਕ ਦੇ ਬਾਰੇ ਨਹੀਂ ਕੁੱਲੜ ਪੀਜ਼ਾ ਵਾਲੇ ਦੇ ਨਾਲ ਮੇਰਾ ਕੋਈ ਮੈਂ ਕਿਸੇ ਤੋਂ ਪੈਸੇ ਨਹੀਂ ਖਾਦੇ ਮੇਰਾ ਇਹ ਲਿੰਕ ਆ ਮੈਂ ਕਿਸੇ ਤੋਂ ਪੈਸੇ ਨਹੀਂ ਖਾਦੇ ਐਡੀਸ਼ਨਲ ਐਸਐਸ ਖੁਦ ਮੌਕੇ ਚੱਲ ਹਾਂਜੀ ਸਰ ਦੱਸੋ ਹੋਊਗੀ ਕਾਰਵਾਈ ਮੇਰੀ ਸੁਣਾਈ ਜਾਊਗੀ ਕਿ ਸਾਰੇ ਚੈਨਲਾਂ ਨੂੰ ਦੱਸ ਚੁੱਕਾ ਤੁਹਾਨੂੰ ਦੱਸ ਚੁੱਕਾ ਨਹੀਂ ਮੈਨੂੰ ਨਹੀਂ ਦੱਸਿਆ ਸਰ ਆ ਕੇ ਦੱਸ ਲਿਓ ਸਰ ਮੈਨੂੰ ਨਹੀਂ ਪਤਾ ਸਰ ਅੰਦਰ ਦੱਸਿਆ ਸੀ ਸਰ ਨਹੀਂ ਦੱਸਿਆ ਸੀ ਜਿੱਥੇ ਤੁਸੀਂ ਬੈਠ ਕੇ ਉੱਠ ਖਲੋਤੇ ਸੀ ਸਰ ਨਹੀਂ ਸੁਣੀ ਸਰ ਹੁਣ ਸੁਣ ਲਓ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਉਹਦੀ ਰਿਪੋਰਟ ਆਏਗੀ ਉਹਦੇ ਮੁਤਾਬਕ ਕਿੰਨੇ ਦਿਨ ਦਾ ਟਾਈਮ 2-4 ਦਿਨ ਲੱਗ ਸਕਦੇ ਸਰ 4 ਦਿਨ ਤੋਂ ਬਾਅਦ ਬੈਠਾ ਇੱਥੇ ਕਨਫਰਮ ਨਹੀਂ ਵੱਧ ਵੀ ਲੱਗ ਸਕਦਾ ਆਰਾਮ ਨਾਲ ਗੱਲ ਕਰੋ ਕੋਈ ਨਹੀਂ ਨਾਮ ਗੁੱਸੇ ਜਾਂ ਮੈਨੂੰ ਗੁੱਸੇ 'ਚ ਕਿਉਂ ਜੀ ਕਿਹੜੀ ਗੱਲ ਤੋਂ ਗੁੱਸੇ 'ਚ ਸਰ ਗੁੱਸਾ ਆਉਂਦਾ ਹੈ ਸਰ ਜਦੋਂ ਤੁਹਾਡੀਆਂ ਧੀਆਂ ਭੈਣਾਂ ਇੱਦਾਂ ਕਰਨਗੀਆਂ ਨਾ ਠੀਕ ਹੈ ਸਰ 4 ਦਿਨ ਬਾਅਦ ਮਿਲੂੰਗੀ ਚਲੋ 4 ਦਿਨ ਬਾਅਦ